ਡਾਕਟਰ ਅੰਬੇਦਕਰ ਵਾਲਮੀਕੀ ਨੌਜਵਾਨ ਸਭਾ ਵੱਲੋਂ ਕੌਮੀ ਪ੍ਰਧਾਨ ਡਾਕਟਰ ਅੰਬੇਦਕਰ ਵਾਲਮੀਕੀ ਨੌਜਵਾਨ ਸਭਾ ਅਤੇ ਜ਼ਿਲ੍ਹਾ ਪ੍ਰਧਾਨ ਨਗਰ ਕੌਂਸਲ ਸਫਾਈ ਸੇਵਕ ਮਜ਼ਦੂਰ ਕਾਂਗਰਸ ਇੰਟਕ ਦੇ ਹੰਸ ਰਾਜ ਦੀ ਅਗਵਾਈ ਵਿੱਚ ਸਾਲ 2018 ਦਾ ਕੈਲੰਡਰ ਨਗਰ ਕੌਂਸਲ ਦੇ ਉਪ ਪ੍ਰਧਾਨ ਅਮਨਦੀਪ ਸਿੰਘ ਨਾਗੀ ਦੁਆਰਾ ਰਿਲੀਜ਼ ਕਰਵਾਇਆ ਗਿਆ। ਇਸ ਮੌਕੇ ਅਮਨਦੀਪ ਨਾਗੀ ਨੇ ਡਾਕਟਰ ਅੰਬੇਦਕਰ ਵਾਲਮੀਕੀ ਨੌਜਵਾਨ ਸਭਾ ਨੂੰ ਮੁਬਾਰਕਬਾਦ ਦਿੱਤੀ ਅਤੇ ਵਾਲਮੀਕੀ ਸਮਾਜ ਦੇ ਨੌਜਵਾਨ ਡਾਕਟਰ ਅੰਬੇਦਕਰ ਬਾਬਾ ਸਾਹਿਬ ਦੇ ਨਕਸ਼ੇ ਕਦਮ ਤੇ ਚੱਲਣ ਦੀ ਅਪੀਲ ਕੀਤੀ। ਬਸ ਕਰਦਾ ਇਹਨਾਂ ਦੀ ਜੋ ਇਹ ਸਭਾ ਬੜੇ ਵਧੀਆ ਤਰੀਕੇ ਨਾਲ ਹੰਸ ਰਾਜ ਜੀ ਚਲਾ ਰਹੇ ਨੇ ਤੇ ਮੈਂ ਇਹ ਉਮੀਦ ਕਰਦਾ ਇਹ ਅੱਗੇ ਤੋਂ ਵੀ ਇਸ ਤੋਂ ਵੀ ਵਧੀਆ ਕੰਮ ਕਰਨਗੇ ਆਪਣੇ ਸਮਾਜ ਵਾਸਤੇ। ਪ੍ਰਧਾਨ ਹੰਸ ਰਾਜ ਨੇ ਅਮਨਦੀਪ ਸਿੰਘ ਨਾਗੀ ਦਾ ਧੰਨਵਾਦ ਕੀਤਾ। ਇਸ ਮੌਕੇ ਅਮਨਦੀਪ ਸਿੰਘ ਨਾਗੀ ਅਤੇ ਹੰਸ ਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਮੀ ਪ੍ਰਧਾਨ ਡਾਕਟਰ ਅੰਬੇਦਕਰ ਵਾਲਮੀਕੀ ਸਭਾ ਦਾ ਜਿਨ੍ਹਾਂ ਨੇ ਅੱਜ ਨਾਗੀ ਜੀ ਨੂੰ ਬੇਨਤੀ ਕਰਕੇ ਅਸੀਂ ਕਿਹਾ ਵੀ ਸਾਡਾ ਜਿਹੜਾ ਕੈਲੰਡਰ ਡਾਕਟਰ ਅੰਬੇਦਕਰ ਵਾਲਮੀਕੀ ਸਭਾ ਵੱਲੋਂ ਅਸੀਂ ਰਿਲੀਜ਼ ਕਰਦੇ ਹਾਂ ਉਹ ਤੁਹਾਡੇ ਹੱਥੋਂ ਪੁਰਾਣਾ ਆ। ਅੱਜ ਉਹਨਾਂ ਨੇ ਆਪਣੇ ਦਫ਼ਤਰ ਵੱਲੋਂ ਬੁਲਾ ਕੇ ਸਾਰਾ ਸਾਡਾ ਮਾਨ ਬਖਸ਼ਿਆ ਅਤੇ ਕੈਲੰਡਰ ਰਿਲੀਜ਼ ਕੀਤਾ ਗਿਆ। ਇਸ ਵਿੱਚੋਂ ਸਾਡੇ ਜਿਹੜੇ ਮੈਂਬਰ ਸਾਹਿਬਾਨ ਆ ਜਨਰਲ ਸੈਕਟਰੀ ਬੀ ਰਾਜੀ ਮੋਨੀ ਜੀ, ਕਮਲ ਕੁਮਾਰ ਪੱਪੂ ਜੀ, ਅਸ਼ੋਕ ਕੁਮਾਰ ਜੀ, ਸਾਡੇ ਜੰਗ ਬਹਾਦਰ ਸੈਕਟਰੀ ਇੰਸਪੈਕਟਰ ਜੀ ਔਰ ਹੋਰ ਸਾਡੇ ਸਾਥੀ ਰਾਜ ਕੁਮਾਰ ਬਿੱਟੂ ਜੀ, ਇਹ ਸਾਰੇ ਅਸੀਂ ਸਾਰੇ ਇਕੱਠੇ ਹੋ ਕੇ ਉਪਰਾਲਾ ਕਰਦੇ ਹਾਂ ਔਰ ਅਤੇ ਆਸ ਰੱਖਦੇ ਹਾਂ ਵੀ ਹਰ ਸਾਲ ਅਸੀਂ ਇਸ ਤਰ੍ਹਾਂ ਹੀ ਇਕੱਠੇ ਰਹਿ ਕੇ ਅਸੀਂ ਸਮਾਜ ਨੂੰ ਇੱਕ ਮੈਸੇਜ ਭੇਜੀਏ ਔਰ ਜਾਗਰਿਤ ਕੀਤਾ ਜਾਏ। ਰਾਜਪੁਰਾ ਤੋਂ ਦਿਨੇਸ਼ ਸਚਦੇਵਾ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।